ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਪ੍ਰਸਿੱਧ ਨਾਵਲਿਸਟ ਨਾਵਲ ਦੇ ਸੰਸਥਾਪਕ ਅਤੇ ਨਾਵਲ ਦੇ ਪਿਤਾਮਾ ਕਿਹੇ ਜਾਣ ਵਾਲੇ ਪ੍ਰਸਿੱਧ ਨਾਵਲਿਸਟ ਨਾਨਕ ਸਿੰਘ ਦੇ ਬਾਰੇ ਡਿਸਕਸ ਕਰਨ ਜਾ ਰਹੇ ਹਾਂ ਤੋ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਇੱਕ ਵੀਡੀਓ ਨੂੰ ਲਾਈਕ ਕਰ ਦਿਓ ਤੇ ਅਸੀਂ ਸ਼ੁਰੂ ਕਰਦੇ ਹਾਂ ਜੀ ਨਾਨਕ ਸਿੰਘ ਫੇਮਸ ਨਾਵਲਿਸਟ ਅਤੇ ਨਾਵਲਾਂ ਦੇ ਸੰਸਥਾਪਕ ਦੇ ਨਾਂ ਦੇ ਮਸ਼ਹੂਰ ਹਨ ਇਹਨਾਂ ਦੇ ਨਾਨਕ ਸਿੰਘ ਇਹਨਾਂ ਦੇ ਪਿਤਾ ਦਾ ਨਾਮ ਬਹਾਦਰ ਚੰਦ ਮਾਤਾ ਲక్ష్ਮੀ ਇਹਨਾਂ ਦੀ ਸਹਿਬ ਜੀ ਵੀ ਨਹੀਂ ਹੈ ਮੇਰੀ ਦੁਨੀਆ ਨਾਨਕ ਸਿੰਘ ਦਾ ਬਚਪਨ ਦਾ ਨਾਮ ਹੰਸ ਰਾਜ ਸੀ ਬਾਗ ਸਿੰਘ ਦੀ ਸਰਪ੍ਰਸਤੀ ਹੋਣ ਤੇ ਸਿੱਖ ਧਰਮ ਅਪਣਾਇਆ ਅਤੇ ਹੰਸ ਰਾਜ ਤੋਂ ਨਾਨਕ ਸਿੰਘ ਬਣੇ 1922 ਵਿੱਚ ਜੇਲ ਯਾਤਰਾ ਕੀਤੀ ਰਖੜੀ ਨਾਦੀ ਕਹਾਣੀ ਸਭ ਤੋਂ ਪਹਿਲਾਂ 1927 ਈਸਵੀ ਵਿੱਚ ਛਪੀ ਇਸੇ ਸਾਲ ਪਹਿਲਾ ਨਾਵਲ ਮਤਰਈ ਮਾਂ ਛਪਿਆ ਨਾਵਲ ਇੱਕ ਮਿਆਂ ਦੋ ਤਲਵਾਰਾਂ ਨੂੰ 1972 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਨਾਵਲ ਚਿੱਟਾ ਲਹੂ ਰੂਸੀ ਬੋਲੀ ਵਿੱਚ ਵੀ ਉਪਲਬਧ ਹੋਇਆ ਨਾਵਲ ਪਵਿੱਤਰ ਪਾਪੀ ਤੇ ਹਿੰਦੀ ਫਿਲਮ ਵੀ ਬਣੀ ਆਪ ਨੂੰ Munshi Premchand ਦੇ ਪ੍ਰਭਾਵ ਹੇਠ ਨਾਵਲ ਲਿਖਣ ਦੀ ਲਗਨ ਲੱਗੀ ਨਾਨਕ ਸਿੰਘ ਸਮਾਜਿਕ ਨਾਵਲਾਂ ਦੇ ਸੰਸਥਾਪਕ ਅਤੇ ਪਿਤਾਮਾ ਆਪ ਦੀਆਂ ਕਹਾਣੀਆਂ ਦਾ ਵਿਸ਼ਾ ਸਮਾਜ ਸੁਧਾਰਕ ਹੈ ਬਿਆਨ ਬਿਆਨ ਸਫਲ ਅਤੇ ਰੋਚਕ ਹੈ ਕਹਾਣੀ ਸੰਗ੍ਰਹਿ ਇਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਸਦਰਾਂ ਦਿਹਾਰ 1936 ਵਿੱਚ ਤਸਵੀਰਾਂ ਦੇ ਦੋ ਪਾਰ ਮਿੰਦੇ ਹੋਏ ਫੁੱਲ ਹੰਝੂਆਂ ਦੇ ਹਾਰ ਠੰਡੀਆਂ ਸ਼ਾਮਾਂ ਸੁਪਨਿਆਂ ਦੀ ਕਬਰ ਤਾਸ਼ ਦੀ ਆਦਤ ਸੁਨਹਿਰੀ ਜिल्ਦ ਸੁਪਨਿਆਂ ਦੀ ਕਬਰ ਕਹਾਣੀਆਂ ਕਹਾਣੀਆਂ ਕੱਲੋਂ ਰਖੜੀ ਛੇਕ ਤੜਲੀ ਰਿਸਮ ਰੱਬ ਆਪਣੇ ਅਸਲੀ ਰੂਪ ਵਿੱਚ ਪੂਆ ਤਾਸ਼ ਦੀ ਆਦਤ ਤਿੰਨ ਮੰਦਰ ਭਾਬੀ ਅਰਜੀ ਵੱਡਾ ਡਾਕਟਰ ਪ੍ਰভাত ਦਾ ਸੁਪਨਾ ਭਗਤ ਜੀ ਉੱਚਾ ਨੱਕਾ ਕੰਮਾ ਪੱਡਾ ਨਾਟਕ ਸੀ ਇਹਨਾਂ ਦੇ ਬੀਏ ਪਾਸ ਵਰੇਗੰਡ ਦੇਸੀ ਸਾਹਿਬ 420 ਬੇਰੁਜ਼ਗਾਰੀ ਖੜਕੂ ਦੀ ਬੋਟੀ ਸ਼ੇਖ ਚਿੱਲੀ ਦੇ ਪੜਪੋਛ ਲਘੂ ਨਾਟਕ ਅਨਸੀਤ ਤੇ ਜਗਮ ਪੱਥਰ ਤੇ ਖੰਡ ਨਵਤੇਜ ਸਿੰਘ ਪਿਤਾ ਦਾ ਨਾਮ ਗੁਰਵਕ ਸਿੰਘ ਪੀਤ ਲੜੀ ਪ੍ਰਸਿੱਧ ਕਹਾਣੀਕਾਰ ਮਾਤਾ ਦਾ ਨਾਮ ਜਗਜੀਤ ਕੌਰ ਵਿਦਿਆ ਐਮਏ ਮਨੋਵਿਗਿਆਨ ਨਵਤੇਜ ਸਿੰਘ ਨੇ ਆਪਣੀਆਂ ਕਹਾਣੀਆਂ ਰਾਹੀਂ ਸਰਮਾਇਦਾਰ ਦੇ ਜ਼ੁਲਮ ਅਤੇ ਧਾਰਮਿਕ ਅਰਸ਼ ਦੇ ਪਖੰਡਾਂ ਨੂੰ ਨੰਗਾ ਕੀਤਾ ਦੇਸ਼ ਦੀ ਗਰੀਬੀ ਵੀ ਉਸ ਦੀਆਂ ਕਹਾਣੀਆਂ ਦਾ ਇੱਕ ਵੱਡਾ ਵਿਸ਼ਾ ਹੈ ਆਪਣੇ ਪਿਤਾ ਵੱਲੋਂ ਚਲਾਏ ਰਸਾਲੇ ਪ੍ਰੀਤ ਲੜੀ ਦੀ ਸੰਪਾਦਨਾ ਵੀ ਕਰਦੇ ਰਹੇ ਅੰਗਰੇਜ਼ੀ ਅਤੇ ਰੂਸੀ ਬੋਲੀ ਵਿੱਚ ਇਹਨਾਂ ਦੀਆਂ ਕਹਾਣੀਆਂ ਦੇ ਅਨੁਵਾਦ ਛਪੇ ਹਨ ਪ੍ਰੀਤ ਲੜੀ ਰਸਾਲੇ ਵਿੱਚ ਇਹਨਾਂ ਦੀਆਂ ਰਚਨਾਵਾਂ ਮੇਰੀ ਧਰਤੀ ਮੇਰੇ ਲੋਕ ਸਰ ਲੇਖੀਤ ਸ਼ਬਦੀਆਂ ਰਹੀਆਂ ਅੰਤਰਰਾਸ਼ਟਰੀ ਚੇਤਨਤਾ ਦੇ ਸਮਾਜਵਾਦੀ ਪ੍ਰਗਤੀਵਾਦੀ ਰੂਪ ਵਿੱਚ ਆਸ਼ਾਵਾਦ ਸਿਧਾਂਤ ਆਪਦੀਆਂ ਕਹਾਣੀਆਂ ਵਿੱਚ ਪੇਸ਼ ਹੋਈਆਂ ਸਫਰਨਾਮਾ ਦੋਸਤੀ ਦਾ ਪੰਦ ਕਹਾਣੀ ਸੰਗ੍ਰਹਿ ਇਹਨਾਂ ਦੀਆਂ ਦੇਸ਼ ਵਾਪਸੀ ਤੇ ਹੋਰ ਕਹਾਣੀਆਂ ਬਾਸਮਤੀ ਦੀ ਮਹਿਕ ਨਵੀਂ ਰੁੱਤ ਚਾਨਣ ਦੇ ਬੀਜ ਪਾਈਆਂ ਵਾਂਝ ਬਾਹਰ ਆਉਣ ਤੱਕ ਕਹਾਣੀ ਬਸ਼ੀਰਾ ਪਾਤਰ ਬਸ਼ੀਰਾ ਗਰੀਬ ਮੁੰਡਾ ਸੀ ਉਸ ਤੋਂ ਬਾਅਦ ਉਸ ਫਰੈਂਡਸ ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੈ ਹਿੰਦ